ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟਿਪਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਤੁਹਾਡਾ ਵਾਰਡ ਅਟੈਂਡੈਂਟ ਦਾ ਜਿਹੜਾ ਇਗਜ਼ਾਮ ਹੈ ਉਹ ਬਹੁਤ ਹੀ ਜਲਦ ਆਉਣ ਵਾਲਾ ਹੈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕੱਢੇ ਗਏ ਸਾਰੀਆਂ ਪੋਸਟਾਂ ਦੇ ਜਿਹੜੇ ਇਗਜ਼ਾਮ ਹੈ ਉਹ ਲਈ ਜਾ ਚੁੱਕੇ ਹਨ ਇਸ ਲਈ ਹੁਣ ਕਿਸੇ ਵੀ ਦਿਨ ਕਿਸੇ ਵੀ ਸਮੇਂ ਜਿਹੜੇ ਵਾਰਡ ਅਟੈਂਡੈਂਟ ਦੇ ਇਗਜ਼ਾਮ ਦੇ ਐਡਮਿਟ ਕਾਰਡ ਜਾਰੀ ਹੋ ਸਕਦੇ ਹਨ ਅਤੇ ਇਗਜ਼ਾਮ ਦੀ ਡੇਟ ਆ ਸਕਦੀ ਹੈ ਇਸ ਲਈ ਤੁਹਾਨੂੰ ਇਸ ਦੇ ਲਈ ਤਿਆਰ ਰਹਿਣਾ ਪਵੇਗਾ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਤੁਸੀਂ ਆਸਾਨੀ ਨਾਲ ਵਾਰਡ ਅਟੈਂਡੈਂਟ ਦਾ ਜਿਹੜਾ ਇਗਜ਼ਾਮ ਹੈ ਉਹ ਕਲੀਅ वैसे ਤਾਂ ਮੈਂ ਤੁਹਾਨੂੰ ਇਸ ਵਾਰ ਡਾਇਟੈਂਡ ਦੇ ਐਗਜ਼ਾਮ ਸੰਬੰਧੀ ਸਾਰਾ ਸਿਲੇਬਸ ਜਿਹੜਾ ਚੈਨਲ ਉੱਤੇ ਅਪਲੋਡ ਕੀਤਾ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਥ ਦੇ ਇਲੈਕਟ ਸੈਕਸ਼ਨ ਵਿੱਚ ਵੀਡੀਓ ਬਣਾਈਆਂ ਪਈਆਂ ਹਨ ਹੈਲਥ ਰਿਲੇਟਿਡ ਕੁਐਸਚਨ ਵੀ ਪਏ ਹਨ ਜੀਕੇ ਰਿਲੇਟਿਡ ਵੀ ਇੰਗਲਿਸ਼ ਅਤੇ ਹੋਰ ਕੋਈ ਵੀ ਜਿਸ ਤਰ੍ਹਾਂ ਦੇ ਕੁਐਸਚਨ ਬਿਮਾਰੀਆਂ ਸਾਇੰਸ ਦੇ ਰਿਲੇਟਿਡ ਆਉਂਦੇ ਹਨ ਉਸ ਤਰ੍ਹਾਂ ਦੇ ਸਾਰੇ ਕੁਐਸਚਨ YouTube ਚੈਨਲ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਿ ਕਿਸੇ ਕਿਵੇਂ ਤੁਸੀਂ ਇਸ ਐਗਜ਼ਾਮ ਨੂੰ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਵਿੱਚ ਕਹਾਂਗਾ ਕਿ ਤੁਸੀਂ ਉਹਨੂੰ ਮਹੱਤਵ ਦੇ ਜਿਹੜੇ ਕੁਐਸਚਨ ਹੈ ਉਹ ਬਿਲਕੁਲ ਹੀ ਪੱਕੇ ਕਰ ਲੈਣੇ ਚਾਹੀਦੇ ਹਨ ਕਿਉਂਕਿ ਜੇਕਰ ਤੁਸੀਂ ਜੀਕੇ ਨੂੰ ਸਭ ਤੋਂ ਪਹਿਲਾਂ ਹੱਥ ਪਾਓਗੇ ਤੁਸੀਂ ਦੇਖ ਹੀ ਲੋਗੇ ਜੀਕੇ ਦਾ ਜਿਹੜਾ ਸੈਕਸ਼ਨ ਹੈ ਉਹ ਬਹੁਤ ਹੀ ਵਿਸ਼ਾਲ ਹੈ ਬਹੁਤ ਤਰ੍ਹਾਂ ਦੇ ਕੁਐਸਚਨ ਬਣ ਜਾਂਦੇ ਹਨ ਅਤੇ ਤੁਸੀਂ ਉਸ ਵਿੱਚ ਕੋਈ ਆਈਡੀਆ ਨਹੀਂ ਲਗਾ ਸਕਦੇ ਕਿ ਕਿਸ ਤਰ੍ਹਾਂ ਦੇ ਜੀਕੇ ਦੇ ਕੁਐਸਚਨ ਤੁਹਾਡੇ ਇਗਜ਼ਾਮ ਵਿੱਚ ਆ ਸਕਣਗੇ ਹੋ ਸਕਦਾ ਹੈ ਕਿ ਜੋ ਜੀਕੇ ਦੇ ਕੁਐਸਚਨ ਤੁਸੀਂ ਪੜ੍ਹੋ ਉਹ ਸਾਰੇ ਦੇ ਸਾਰੇ ਹੀ ਤੁਹਾਨੂੰ ਇਗਜ਼ਾਮ ਵਿੱਚ ਆ ਜਾਣ ਇਹ ਤੁਹਾਡੇ ਲੱਕ ਤੇ ਡਿਪੈਂਡ ਕਰਦਾ ਹੈ ਜਾ ਫਿਰ ਹੋ ਸਕਦਾ ਹੈ ਜਿੰਨੇ ਵੀ ਕੁਐਸਚਨ ਤੁਸੀਂ ਜੀਕੇ ਦੇ ਪੜ੍ਹੇ ਹੋਣ ਉਹਨਾਂ ਵਿੱਚੋਂ ਕੋਈ ਵੀ ਤੁਹਾਡੇ ਇਗਜ਼ਾਮ ਵਿੱਚ ਨਾ ਆਵੇ ਇਸ ਲਈ ਜੀਕੇ ਵਾਲਾ ਸੈਕਸ਼ਨ ਹੁੰਦਾ ਜਿਹੜਾ ਉਹ ਕਿਸੇ ਵੀ ਇਗਜ਼ਾਮ ਦਾ ਹਮੇਸ਼ਾ ਐਦਾਂ ਹੀ ਹੁੰਦਾ ਕਿ ਉਸ ਵਿੱਚ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿ ਤੁਸੀਂ ਸਾਰਾ ਸਿਲੇਬਸ ਜਿਹੜਾ ਕਵਰ ਕਰ ਸਕਦੇ ਹੋ ਕਿਉਂਕਿ ਜੀਕੇ ਹੈ ਇੱਕ ਬਹੁਤ ਹੀ ਵਿਸ਼ਾਲ ਹੈ ਤੁਸੀਂ ਸਾਰਾ ਸਿਲੇਬਸ ਕਦੇ ਵੀ ਕਵਰ ਨਹੀਂ ਕਰ ਸਕਦੇ ਇਸ ਵਿੱਚ ਸਿਰਫ ਤੇ ਸਿਰਫ ਲੱਕ ਹੀ ਕੰਮ ਕਰਦਾ ਹੈ ਕਿ ਜੋ ਕੁਐਸਚਨ ਤੁਸੀਂ ਪੜ੍ਹੇ ਹਨ ਜੇਕਰ ਉਹਨਾਂ ਵਿੱਚੋਂ ਆ ਜਾਣ ਤਾਂ ਤੁਹਾਡੇ ਲਈ ਬਹੁਤ ਵਧੀਆ ਹੈ ਜੇਕਰ ਉਹਨਾਂ ਵਿੱਚ ਨਹੀਂ ਆਉਂਦੇ ਤਾਂ ਤੁਹਾਡੀ ਸਾਰੀ ਤਿਆਰੀ ਜਿਹੜੀ ਵਿਅਰਥ ਜਾਵੇਗੀ ਇਸ ਲਈ ਮੈਂ ਮੈਥ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਮੈਥ ਦਾ ਜਿਹੜਾ ਸਿਲੇਬਸ ਹੈ ਉਹ ਬਹੁਤ ਹੀ ਲਿਮਟਿਡ ਹੈ ਤੁਸੀਂ ਉਹਨਾਂ ਦਾ ਸਿਲੇਬਸ ਜਿਹੜਾ ਉਹ ਤਿਆਰ ਕਰ ਸਕਦੇ ਹੋ ਮੈਥ ਦੀ ਜਿਹੜੀਆਂ ਵੀਡੀਓਜ਼ ਹੈ ਮੈਥ ਦੇ ਲਈ ਜੋ-ਜੋ ਸਿਲੇਬਸ ਹੈ ਵੈਸੇ ਤਮ ਆਪਣੇ ਚੈਨਲ ਉੱਤੇ ਵਾਰਡ ਅਟੈਂਡਡ ਮੈਥ ਦੀ ਤੁਸੀਂ ਸੀਰੀਜ਼ ਜੋ ਪਲੇਲਿਸਟ ਹੈ ਉੱਥੇ ਜਾ ਕੇ ਤੁਸੀਂ ਸਾਰਿਆ ਸਿਲੇਬਸ ਜਿਵੇਂ ਜਿਵੇਂ ਦਾ ਇਗਜ਼ਾਮ ਦੇ ਹਿਸਾਬ ਨਾਲ ਇੰਪੋਰਟੈਂਟ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉਸ ਤੋਂ ਇਲਾਵਾ ਖੁਦ ਵੀ 6ਵੀਂ 7ਵੀਂ ਅਤੇ 8ਵੀਂ ਇਹਨਾਂ ਤਿੰਨੇ ਕਲਾਸਾਂ ਦਾ ਜਿਹੜਾ ਮੈਥ ਹੈ ਉਸ ਵਿੱਚ ਕਿਵੇਂ-ਕਿਵੇਂ ਦੇ ਕੁਐਸਚਨ ਹਨ ਉਹ ਤੁਸੀਂ ਆਪਣੇ ਲੈਵਲ ਉੱਤੇ ਕਰ ਸਕਦੇ ਹੋ ਬਹੁਤ ਘੱਟ ਹੀ ਅਜਿਹੇ ਬੱਚੇ ਹੋਣਗੇ ਕਿ ਜਿਨ੍ਹਾਂ ਨੇ ਪੇਪਰ ਭਰਿਆ ਹੋਵੇ ਉਹ ਸਿਰਫ ਤੇ ਸਿਰਫ 8ਵੀਂ ਹੈ ਜ਼ਿਆਦਾਤਰ ਸਟੂਡੈਂਟ ਜਿਹੜੇ +2 ਜਾਂ ਗ੍ਰੈਜੂਏਸ਼ਨ ਵਾਲੇ ਹੀ ਹੋਣਗੇ ਜੋ ਕਿ 6ਵੀਂ 7ਵੀਂ 8ਵੀਂ ਦਾ ਜਿਹੜਾ ਮੈਥ ਹੈ ਉਹ ਬਹੁਤ ਹੀ ਆਸਾਨੀ ਨਾਲ ਕਵਰ ਕਰ ਸਕਦੇ ਆਂ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ 8ਵੀਂ ਤੋਂ ਇਲਾਵਾ ਉੱਪਰਲੇ 9ਵੀਂ ਅਤੇ 10ਵੀਂ ਦੇ ਮੈਥ ਤੁਹਾਨੂੰ ਪੜਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਸਿਰਫ ਤੇ ਸਿਰਫ 6ਵੀਂ 7ਵੀਂ ਅਤੇ 8ਵੀਂ ਇਹਨਾਂ ਤਿੰਨਾਂ ਜਮਾਤਾਂ ਦੇ ਜੇਕਰ ਤੁਸੀਂ ਮੈਥ ਦੇ ਕੁਐਸਚਨ ਜਿਹੜੇ ਉਹ ਚੰਗੀ ਤਰ੍ਹਾਂ ਕਲੀਅਰ ਕਰ ਲੈਂਦੇ ਹੋ ਜੇ ਤਾਂ ਤੁਹਾਡੇ ਇਗਜ਼ਾਮ ਵਿੱਚ ਉਹ ਬਹੁਤ ਹੈਲਪਫੁਲ ਹੋਣਗੇ ਕਿਉਂਕਿ ਇਹ ਜਿਹੜਾ ਸਿਲੇਬਸ ਹੈ ਬਹੁਤ ਹੀ ਲਿਮਟਿਡ ਹੈ ਮੈਥ ਦਾ ਇਸ ਨਾਲ ਤੁਸੀਂ ਜਿੰਨੇ ਕੁ ਜਿਹੜੇ ਤੁਸੀਂ ਸਿਲੇਬਸ ਸਾਰਾ ਕਵਰ ਕਰ ਲੈਂਦੇ ਹੋ ਤਾਂ ਤੁਹਾਡੇ ਜਿਹੜੇ ਮੈਥ ਤੇ ਮੈਥ ਦੇ ਨੰਬਰ ਹੈ ਜੋ ਇਗਜ਼ਾਮ ਵਿੱਚ ਮੈਥ ਦੇ ਕੁਐਸਚਨ ਆਉਣਗੇ ਉਹ ਕਨਫਰਮ ਹੋ ਜਾਣਗੇ ਕਿਉਂਕਿ ਮੈਥ ਦੇ ਲਈ ਕੁਝ ਕੀ ਤਰੀਕੇ ਨੇ ਜੋ ਜ਼ਿਆਦਾ ਸਿਰਫ ਇਗਜ਼ਾਮ ਵਿੱਚ ਜਿਹੜੀਆਂ ਰਕਮਾਂ ਜਿਹੜੀਆਂ ਮੈਥ ਦੀਆਂ ਉਹ ਚੇਂਜ ਹੋ ਸਕਦੀਆਂ ਨੇ ਪਰੰਤੂ ਜੇਕਰ ਤੁਸੀਂ ਤਰੀਕੇ ਸਿੱਖ ਲਏ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਰਕਮ ਦਾ ਉਹ ਕੁਐਸਚਨ ਜਿਹੜਾ ਮੈਥ ਦਾ ਆਸਾਨੀ ਨਾਲ ਹੱਲ ਕਰ ਸਕੋਗੇ ਇਸ ਲਈ ਮੈਥ ਨੂੰ ਪੂਰਾ ਧਿਆਨ ਨਾਲ ਪੜਿਓ ਮੈਥ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਮੈਥ ਦੇ ਸੈਕਸ਼ਨ ਦੇ ਸਾਰੇ ਨੰਬਰ ਪੱਕੇ ਕਰਨੇ ਹਨ ਜੇਕਰ ਤੁਸੀਂ ਇਗਜ਼ਾਮ ਕਲੀਅਰ ਕਰਨਾ ਹੈ ਤਾਂ ਤੁਹਾਡੇ ਮੈਥ ਦੇ ਸਾਰੇ ਪੂਰੇ ਬਟਾ ਪੂਰੇ ਨੰਬਰ ਹੋਣੇ ਜ਼ਰੂਰੀ ਹਨ ਪੂਰੇ ਬਟਾ ਪੂਰੇ ਨਹੀਂ ਤਾਂ ਸਿਰਫ ਇੱਕ ਦੋ ਸਵਾਲ ਗਲਤ ਹੋਣਾ ਹੋਵੇ ਇਦਾਂ ਨਾ ਹੋਵੇ ਕਿ ਤੁਸੀਂ ਮੈਥ ਵਿੱਚੋਂ ਹੀ 50% ਤੁਹਾਡੇ ਕੁਐਸਚਨ ਗਲਤ ਹੋਣ ਫਿਰ ਤੁਸੀਂ ਜਿਹੜਾ ਉਹ ਪੇਪਰ ਕਵਰ ਨਹੀਂ ਕਰ पाओਗੇ ਇਸ ਲਈ ਇਸ ਗੱਲ ਉੱਤੇ ਫੋਕਸ ਜਰੂਰ ਕਰਿਓ ਅਤੇ ਆਪਣਾ 6ਵੀਂ 7ਵੀਂ ਅਤੇ 8ਵੀਂ ਇਹਨਾਂ ਤਿੰਨੇ ਕਲਾਸਾਂ ਦੇ ਜਿਹੜੀ ਮੈਥ ਦੀ ਬੁੱਕਾਂ ਤੋਂ ਤੁਸੀਂ ਆਪਣੇ ਮੈਥ ਦੀ ਜਿਹੜੀ ਪ੍ਰੈਕਟਿਸ ਉਹ ਚੰਗੀ ਤਰ੍ਹਾਂ ਕਰ ਲਿਓ ਕਿਉਂਕਿ ਹਲੇ ਵੀ ਪੇਪਰ ਆਉਣ ਨੂੰ ਲਗਭਗ 10-15 ਦਿਨ ਦਾ ਵਕਤ ਸ਼ਾਇਦ ਲੱਗ ਜਾਵੇਗਾ ਇਸ ਲਈ ਉਹ ਤੱਕ ਤੁਸੀਂ ਇਹ ਜਿਹੜੀ ਆਪਣਾ ਪ੍ਰਿਪੇਅਰ ਕਰ ਸਕਦੇ ਹੋ ਦੂਜੀ ਗੱਲ ਹੁਣ ਇੱਥੇ ਕਰੀਏ ਕਿ ਹੈਲਥ ਰਿਲੇਟਿਡ ਕੁਐਸਚਨਾਂ ਦੀ ਕਿਉਂਕਿ ਜਿਵੇਂ ਇਹ ਜਿਹੜਾ ਵਾਰਡ ਟੈਂਡਰ ਦਾ ਐਗਜ਼ਾਮ ਹੈ ਇਹ ਸਾਰਾ ਦਾ ਸਾਰਾ ਤੁਸੀਂ ਜਿੰਨਿਆ ਵੀ ਹੈ ਹੈਲਥ ਰਿਲੇਟਡ ਹੈ ਤੁਹਾਡੀ ਜਿਹੜੀ ਡਿਊਟੀ ਹੈ ਉਹ ਹਸਪੀਟਲਾਂ ਵਿੱਚ ਲੱਗਣੀ ਹੈ ਇਸ ਲਈ ਇਸ ਵਿੱਚ ਬਹੁਤ ਹੀ ਜ਼ਿਆਦਾ ਚਾਂਸਸ ਨੇ ਕਿ ਵੱਧ ਤੋਂ ਵੱਧ ਜਿਹੜੇ ਜੀਕੇ ਦੇ ਕੁਐਸਚਨ ਹੈ ਉਹਨਾਂ ਵਿੱਚ ਹੈਲਥ ਰਿਲੇਟਡ ਕੁਐਸਚਨ ਜਿਹੜੇ ਉਹ ਜ਼ਿਆਦਾ ਤੋਂ ਜ਼ਿਆਦਾ ਆਉਣਗੇ ਹੈਲਥ ਰਿਲੇਟਡ ਜਿ ਆ ਜਾਂਦੇ ਜਿਵੇਂ ਕਿ ਫਸਟ ਏਡ ਦੇ ਕੁਐਸਚਨ ਬਿਮਾਰੀਆਂ ਸੰਬੰਧੀ ਕੁਐਸਚਨ ਵਿਟਾਮਿਨ ਮੁਰਕੀ ਜਿਹੜਾ ਸਰੀਰ ਹੈ ਇਹਦੇ ਉੱਤੇ ਜਿੰਨੇ ਵੀ ਕੁਐਸਚਨ ਬਣਦੇ ਆ ਇਹ ਸਾਰੇ ਹੈਲਥ ਰਿਲੇਟਡ ਵਿੱਚ ਆ ਜਾਂਦੇ ਆ ਮੈਂ ਆਪਣੇ ਇਸ ਚੈਨਲ ਉੱਤੇ ਹੈਲਥ ਰਿਲੇਟਿਡ ਘੱਟੋ-ਘੱਟ 8-9 ਵੀਡੀਓ ਬਣਾ ਚੁੱਕਿਆ ਹਾਂ ਜਿਨ੍ਹਾਂ ਵਿੱਚ ਮਨੁੱਖੀ ਸਰੀਰ ਪੂਰਾ ਕਵਰ ਕੀਤਾ ਹੈ ਫਸਟ-ਏਡ ਦੇ ਕੁਐਸਚਨ ਜੋ-ਜੋ ਤੁਹਾਡੇ ਇਗਜ਼ਾਮ ਦੇ हिसाब ਨਾਲ ਇੰਪੋਰਟੈਂਟ ਹਨ ਉਹ ਵੀ ਕਵਰ ਕੀਤੇ ਹੋਏ ਹਨ ਅਤੇ ਉਸ ਤੋਂ ਇਲਾਵਾ ਬਿਮਾਰੀਆਂ ਸੰਬੰਧੀ ਵਿਟਾਮਿਨਾਂ ਸੰਬੰਧੀ ਹੋਰ ਸਾਇੰਸ ਦੇ ਕੁਐਸਚਨ ਜੋ ਕਿ ਹੈਲਥ ਰਿਲੇਟਿਡ ਬਣਦੇ ਹਨ ਉਹ ਸਾਰੇ-ਸਾਰੇ ਕਵਰ ਕੀਤੇ ਹੋਏ ਹਨ ਤੁਸੀਂ ਜਾ ਕੇ ਉਹ ਚੈਨਲ ਉੱਤੇ ਪਲੇਲਿਸਟ ਤੋਂ ਉਹ ਵੀਡੀਓਜ਼ ਦੇਖ ਸਕਦੇ ਹੋ ਜਾਫਰ ਜੌਫ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਲੈਵਲ ਉੱਤੇ ਵੀ ਇਹ ਸਾਰੇ ਹੈਲਥ ਰਿਲੇਟਡ ਕੁਐਸਚਨ ਜਿਹੜੇ ਉਹ ਕਵਰ ਕਰ ਸਕਦੇ ਹੋ ਪਰੰਤੂ ਇਹ ਹੈਲਥ ਰਿਲੇਟਡ ਕੁਐਸਚਨ ਜਿਹੜੇ ਤੁਸੀਂ ਜ਼ਰੂਰ ਕਵਰ ਕਰਨੇ ਹਨ ਕਿਉਂਕਿ ਤੁਹਾਡੇ ਜੀਕੇ ਵਿੱਚ ਜ਼ਿਆਦਾਤਰ 파ਟ ਹੈ ਜਿਹੜਾ ਹੈਲਥ ਰਿਲੇਟਡ ਕੁਐਸਚਨਾਂ ਦਾ ਹੀ ਹੋਵੇਗਾ ਇਸ ਲਈ ਜੇ ਜੇਕਰ ਤੁਸੀਂ ਇਹ ਚੰਗੀ ਤਰ੍ਹਾਂ ਕਵਰ ਕਰਕੇ ਜਾਂਦੇ ਹੋ ਤਾਂ ਤੁਹਾਡੇ ਜ਼ਿਆਦਾ ਚਾਂਸਸ ਹਨ ਕਿ ਤੁਸੀਂ ਪੇਪਰ ਬਧਿਆ ਤਰੀਕੇ ਨਾਲ ਹੱਲ ਕਰ ਸਕੋਗੇ ਤੇ ਤੁਸੀਂ ਚੰਗੇ ਨੰਬਰ ਇਸ ਵਿੱਚ ਲੈ ਸਕੋਗੇ ਇਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਜੀਕੇ ਵਿੱਚ ਪੰਜਾਬ ਦੀ ਕਿਉਂਕਿ ਇਹ ਪੋਸਟ ਜਿਹੜੀ ਪੰਜਾਬ ਨਾਲ ਸੰਬੰਧੀ ਤੇ ਹੈ ਇਸ ਲਈ ਇਸ ਵਿੱਚ ਦੂਜੀ ਗੱਲ ਇਸ ਵਿੱਚ ਇਹ ਵੀ ਹੈ ਕਿ ਜਿਹੜਾ ਪੇਪਰ ਹੈ ਸਾਰਾ ਪੰਜਾਬੀ ਵਿੱਚ ਹੋਣਾ ਹੈ ਇਸ ਲਈ ਇਹ ਬਹੁਤ ਹੀ ਚਾਂਸਸ ਜ਼ਿਆਦਾ ਹਨ ਕਿ ਇਸ ਪੇਪਰ ਵਿੱਚ ਜਿਹੜੇ ਪੰਜਾਬ ਰਿਲੇਟਡ ਕੁਐਸਚਨ ਹੈ ਉਹ ਜ਼ਿਆਦਾਤਰ ਆਉਣਗੇ ਜੀਕੇ ਵਿੱਚ ਇਸ ਲਈ ਤੁਸੀਂ ਹੈਲਥ ਰਿਲੇਟਡ ਦੇ ਨਾਲ ਨਾਲ ਪੰਜਾਬ ਜੀਕੇ ਦੀ ਜਿਹੜੀ ਤਿਆਰੀ ਹੈ ਉਹ ਵੀ ਬਹੁਤ ਚੰਗੀ ਤਰ੍ਹਾਂ ਕਰਨੀ ਹੈ ਕਿਉਂਕਿ ਪੰਜਾਬੀ ਵਿੱਚ ਪੇਪਰ ਹੋਣ ਦੀ ਵਜ੍ਹਾ ਕਰਕੇ ਇਹ ਪੂਰੇ ਚਾਂਸਸ ਹਨ ਕਿ ਜ਼ਿਆਦਾਤਰ ਜੀਕੇ ਦੇ ਪੋਰਸ਼ਨ ਤੇ ਕੁਐਸਚਨ ਹੈ ਜਿਹੜੇ ਉਹ ਪੰਜਾਬ ਵਿੱਚੋਂ ਬਹੁਤ ਆਣਗੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਜੀਕੇ ਦੇ ਕੁਐਸਚਨਾਂ ਵਿੱਚ ਕੀ ਹੈ బిਗੇਸਟ ਹਾਈਐਸਟ ਜਿਵੇਂ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਸਭ ਤੋਂ ਵੱਡਾ ਪਹਾੜ ਕਿਹੜਾ ਹੈ ਸਭ ਤੋਂ ਵੱਡੀ ਨਦੀ ਕਿਹੜੀ ਹੈ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹੈ ਬਿਗੇਸਟ ਇੰਡੀਆ ਦੇ ਵਰਲਡ ਦੇ ਤੇ ਪੰਜਾਬ ਦੇ ਇਹ ਸਾਰੇ ਕੁਐਸਚਨ ਇਦਾਂ ਦੇ ਕਰਨੇ ਹਨ ਇਹਨਾਂ ਵਿੱਚੋਂ ਜ਼ਰੂਰ ਤੁਹਾਡੇ ਇਗਜ਼ਾਮ ਵਿੱਚ ਕੁਐਸਚਨ ਆਉਣਗੇ ਇਸ ਤੋਂ ਇਲਾਵਾ ਇੰਗਲਿਸ਼ ਦੀ ਗੱਲ ਕਰਦੇ ਹਾਂ ਕਿ ਇੰਗਲਿਸ਼ ਦੇ ਵੀ 4-5 ਕੁਐਸਚਨ ਜਿਹੜੇ ਤੁਹਾਡੇ ਐਗਜ਼ਾਮ ਵਿੱਚ ਆ ਸਕਦੇ ਹਨ ਪਰੰਤੂ ਜੇ ਆਉਣਗੇ ਤਾਂ ਉਹ ਇਸ ਤਰ੍ਹਾਂ ਦੇ ਹੀ ਆਉਣਗੇ ਆਰਟੀਕਲ ਵਗੈਰਾ ਪ੍ਰੈਪੋਜੀਸ਼ਨ ਵਗੈਰਾ ਜਿਵੇਂ ਕਿ ਫਿਲਿੰਗ ਦੀ ਬਲੈਂਕਸ ਹੁੰਦੀਆਂ ਉਹ ਕੁਐਸਚਨ ਹੋ ਸਕਦੇ ਨੇ ਇਸ ਲਈ ਸੈਕਸ਼ਨ ਤੇ ਤੁਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦੇਣਾ ਜੇਕਰ ਤੁਹਾਡੀ ਇੰਗਲਿਸ਼ ਪਹਿਲਾਂ ਤੋਂ ਚੰਗੀ ਹੈ ਤਾਂ ਤੁਸੀਂ ਇਹ ਕੁਐਸਚਨ ਆਲਰੇਡੀ ਕਰ ਸਕਦੇ ਹੋ ਜੇਕਰ ਤੁਸੀਂ ਇੰਗਲਿਸ਼ ਵਿੱਚ ਵੀਕ ਹੋ ਤਾਂ ਇਸ ਸੈਕਸ਼ਨ ਉੱਤੇ ਜ਼ਿਆਦਾ ਧਿਆਨ ਨਾ ਦਿਓ ਕਿਉਂਕਿ ਜੇਕਰ ਤੁਸੀਂ ਇਸ ਸੈਕਸ਼ਨ ਉੱਤੇ ਧਿਆਨ ਦਿਓਗੇ ਤਾਂ ਤੁਸੀਂ ਬਾਕੀ ਸੈਕਸ਼ਨਾਂ ਤੋਂ ਪਟਕ ਜਾਓਗੇ ਮੈਥ ਜੀਕੇ ਵਗੈਰਾ ਵਿੱਚ ਤੁਸੀਂ ਉਲਝ ਜਾਓਗੇ ਇਸ ਲਈ ਇਹ ਸਿਰਫ ਉਹਨਾਂ ਲਈ ਹੈ ਜੋ ਪਹਿਲਾਂ ਤੋਂ ਹੀ ਇੰਗਲਿਸ਼ ਵਿੱਚ ਵਧੀਆ ਹਨ ਇਹ ਉਹ ਆਪਣਾ ਇੰਗਲਿਸ਼ ਦੀ ਤਿਆਰੀ ਕਰ ਸਕਦੇ ਹਨ ਜੇਕਰ ਤੁਸੀਂ ਬਿਲਕੁਲ ਨਵੇਂ ਤਰੀਕੇ ਤੋਂ ਇੰਗਲਿਸ਼ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੁਸ਼ਕਲ ਆਵੇਗੀ ਇਸ ਵਿੱਚ ਇਸ ਲਈ ਇਸ ਦੀ ਬਜਾਏ ਤੁਸੀਂ ਮੈਥ ਤੇ ਜੀਕੇ ਨੂੰ ਹੀ ਆਪਣਾ ਟਾਈਮ ਦੇ ਲਵੋ ਇਸ ਤਰ੍ਹਾਂ ਆ ਬਾ ਇਸ ਪੇਪਰ ਵਿੱਚ ਰੀਜਨਿੰਗ ਦੇ ਕੁਝ ਕੁਐਸਚਨ ਆ ਸਕਦੇ ਹਨ ਜਿਵੇਂ ਕਿ ਜੋ ਪਜ਼ਲਾਂ ਵਗੈਰਾ ਹੁੰਦੀਆਂ ਹਨ ਜਾਂ ਫਿਰ ਜਿਵੇਂ ਮਿਰਰ ਇਮੇਜਸ ਵਗੈਰਾ ਬਣਾਈਆਂ ਹੁੰਦੀਆਂ ਹਨ ਜਾਂ ਫਿਰ ਤਿੰਨ ਚਾਰ ਜੋ ਪਿਕਚਰਸ ਬਣਾਈਆਂ ਹੁੰਦੀਆਂ ਉਹਨਾਂ ਵਿੱਚ ਦੱਸਣਾ ਚਾਹਿਆ ਜਾਂਦਾ ਹੁੰਦਾ ਹੈ ਕਿ ਇਸ ਵਿੱਚੋਂ ਇੱਕ ਪਿਕਚਰ ਦਿੱਤੀ ਜਾਂਦੀ ਹੈ ਮਤਲਬ ਇਹਦਾ ਇਸ ਵਿੱਚ ਰਿਲੇਸ਼ਨ ਕਿਵੇਂ ਹੈ ਜਾਂ ਤਿੰਨ ਪਿਕਚਰਾਂ ਤੋਂ ਬਾਅਦ ਚੌਥੀ ਪਿਕਚਰ ਇਸ ਵਿੱਚ ਕਿਹੜੀ ਆਵੇਗੀ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹੈ ਉਹ ਆਉਣ ਦੀ ਸੰਭਾਵਨਾ ਹੈ ਇਸ ਰੀਜ਼ਨਿੰਗ ਨੂੰ ਨਾਨ ਵਰਬਲ ਰੀਜ਼ਨਿੰਗ ਕਿਹਾ ਜਾਂਦਾ ਹੈ ਜਾਂ ਵਿਜ਼ੂਅਲ ਰਿਲੇਟਡ ਜਿਵੇਂ ਕਿ ਜੋ ਪਿਕਚਰਸ ਵਗੈਰਾ ਨੂੰ ਦੇਖ ਕੇ ਤੁਸੀ ਦੱਸਣਾ ਹੁੰਦਾ ਹੈ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਜ਼ਿਆਦਾਤਰ ਚਾਂਸਸ ਹੈ ਆਉਣਦੇ ਤੁਹਾਡੇ ਰੀਜ਼ਨਿੰਗ ਸੈਕਸ਼ਨ ਵਿੱਚ ਇਸ ਲਈ ਰੀਜ਼ਨਿੰਗ ਦੇ ਇਸ ਤਰ੍ਹਾਂ ਦੇ ਕੁਐਸਚਨ ਹੈ ਜਿਹੜੇ ਉਹ ਵੀ ਤੁਸੀ ਪ੍ਰਪੇਅਰ ਕਰਕੇ ਜਾਣੇ ਹਨ ਜੇਕਰ ਤੁਸੀ +2 ਜਾਂ ਗ੍ਰੈਜੂਏਸ਼ਨ ਵਿੱਚ ਪੜਾਈ ਕੀਤੀ ਹੋਈ ਹੈ ਤਾਂ ਤੁਸੀ ਆਸਾਨੀ ਨਾਲ ਇਸ ਤਰ੍ਹਾਂ ਦੇ ਕੁਐਸਚਨ ਜੇਕਰ ਪਹਿਲੀ ਵਾਰ ਵੀ ਦੇਖੋ ਤਾਂ ਤੁਸੀ ਆਸਾਨੀ ਨਾਲ ਕਰ ਸਕਦੇ ਹੋ ਕਿਉਂਕਿ ਰੀਜ਼ਨਿੰਗ ਵਿੱਚ ਰੀਜ਼ਨਿੰਗ ਵਿੱਚ ਇਸ ਵਿੱਚ ਇੰਨੇ ਜ਼ਿਆਦਾ ਮੁਸ਼ਕਿਲ ਨਹੀਂ ਹੋਣ ਵਾਲੀ ਹੈ ਇਸ ਤੋਂ ਇਲਾਵਾ ਕੰਪਿਊਟਰ ਦੇ ਇਸ ਵਿੱਚ ਕੁਝ ਇੱਕੋਦੁੱਕਾ ਕੁਐਸਚਨ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਇਲਾਵਾ ਜੋ ਵੀ ਹੈ ਇੰਡੀਆ ਦੀ ਜੋ ਤੁਸੀਂ ਜੀਕੇ ਕਰਨੀ ਹੈ ਜੀਕੇ ਵਿੱਚ ਤੁਸੀਂ ਜੀਓਗ੍ਰਾਫੀ ਹਿਸਟਰੀ ਅਤੇ ਨਾਗਰਿਕ ਸ਼ਾਸਤਰ ਜਾਂ ਅਰਥ ਸ਼ਾਸਤਰ ਦੇ ਜਿਹੜੇ ਕੁਐਸਚਨ ਹੈ ਉਹ ਵੀ ਤੁਸੀਂ 6ਵੀਂ 7ਵੀਂ ਅਤੇ 8ਵੀਂ ਤੱਕ ਦੇ ਹਨ ਜੇ ਤੁਸੀਂ 6ਵੀਂ 7ਵੀਂ ਅਤੇ 8ਵੀਂ ਇਹਨਾਂ ਤਿੰਨਾਂ ਕਲਾਸਾਂ ਦੀ ਜੀਓਗ੍ਰਾਫੀ ਹਿਸਟਰੀ ਅਤੇ ਅਰਥ ਸ਼ਾਸਤਰ ਜਾਂ ਨਾਗਰਿਕ ਸ਼ਾਸਤਰ ਇਹਨਾਂ ਚਾਰਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ ਤਾਂ ਜਿਹੜੇ ਤੁਹਾਡੇ ਕੁਐਸਚਨ ਐ ਇਗਜ਼ਾਮ ਵਿੱਚ ਆਉਣ ਵਾਲੇ ਇਹਨਾਂ ਵਿੱਚੋਂ ਹੀ ਨਿਕਲ ਜਾਣਗੇ ਤੁਹਾਨੂੰ ਇਸ ਤੋਂ ਇਲਾਵਾ ਕੋਈ ਹੋਰ ਫालतू ਦੀ ਤਿਆਰੀ ਕਰਨ ਦੀ ਲੋੜ ਨਹੀਂ ਹੈ ਫालतू ਦੀ ਕੋਈ ਵੀਡੀਓਜ਼ ਦੇਖਣ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਤੇ ਸਿਰਫ ਆਪਣੀਆਂ 6ਵੀਂ 7ਵੀਂ ਦੀ 8ਵੀਂ ਦੀਆਂ ਪੰਜਾਬ ਬੋਰਡ ਦੀਆਂ ਬੁੱਕਸ ਜੀਓਗ੍ਰਾਫੀ ਹਿਸਟਰੀ ਅਤੇ ਅਰਥਸ਼ਾਸਤਰ ਨਗਸ਼ਾਸਤਰ ਉਹਨਾਂ ਵਿੱਚੋਂ ਕੁਐਸਚਨ ਜਿਹੜੇ ਹੋ ਕਰ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਤਿਆਰੀ ਕਰੋਗੇ ਤਾਂ ਤੁਸੀਂ ਆਸਾਨੀ ਨਾਲ ਜਿਹੜਾ ਉਹ ਵਾਰਡਨਰ ਦਾ ਇਗਜ਼ਾਮ ਹੈ ਉਹ ਕਲੀਅਰ ਕਰ ਸਕੋਗੇ ਮੈਂ ਉਮੀਦ ਕਰਦਾ ਹਾਂ ਕਿ ਜੋ-ਜੋ ਇਹ ਵੀਡੀਓ ਦੇਖ ਰਹੇ ਹਨ ਉਹ ਇਸ ਵੀਡੀਓ ਤੋਂ ਕੁਝ ਸਿੱਖਣ ਅਤੇ ਇਸ ਤਰ੍ਹਾਂ ਆਪਣੀ ਤਿਆਰੀ ਕਰਨ ਅਤੇ ਉਹਨਾਂ ਨੂੰ ਇਗਜ਼ਾਮ ਵਿੱਚ ਸਫਲਤਾ ਹਾਸਲ ਹੋਵੇ ਕਿ ਜਿਵੇਂ ਕਿ ਬਾਬਾ ਫਰੀਦ ਯੂਨੀਵਰਸਿਟੀ ਨੇ ਬਾਕੀ ਸਾਰੇ ਇਗਜ਼ਾਮ ਲਏ ਹਨ ਇਸ ਲਈ ਇਹ ਉਮੀਦ ਹੈ ਕਿ ਹੁਣ ਬਹੁਤ ਹੀ ਜਲਦ ਜਿਹੜਾ ਵਾਰਡਨੰਡਾ ਦਾ ਇਗਜ਼ਾਮ ਵੀ ਹੋ ਜਾਵੇਗਾ ਇਸ ਲਈ ਸਾਰੇ ਜਿਹੜੇ ਚੰਗੀ ਤਰ੍ਹਾਂ ਆਪਣੀ ਪੜਾਈ ਕਰਦੇ ਰਹੋ ਅਤੇ ਹੋਰ ਜਾਣਕਾਰੀ ਤੇ ਇਨਫੋਰਮੇਸ਼ਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੁੜ ਦਵਾਲੋ ਤਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਤੁਸੀਂ ਵਾਂਝੀ ਨਾ ਰਹਿ ਜਾਓ ਜੇਕਰ ਤੁਸੀਂ ਇਸਤੇ ਪੀਡੀਐਫ ਨੋਟਸ ਜਾਂ ਸਟੱਡੀ ਮਟੀਰੀਅਲ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰam ਤੇ ਇੰਸਟਾਗ੍ਰam ਨੂੰ ਵੀ ਜੁਆਇਨ ਕਰ ਸਕਦੇ ਹੋ ਜਿੱਥੋਂ ਕਿ ਤੁਹਾਨੂੰ ਇਸ ਸਬੰਧੀ ਸਟੱਡੀ ਮਟੀਰੀਅਲ ਤੇ ਪੀਡੀਐਫ ਨੋਟਸ ਮਿਲ ਜਾਵੇਗਾ ਟੈਲੀਗ੍ਰam ਤੇ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਐਨਆਈ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ